ਸੁਖਪਾਲ ਸਿੰਘ ਖਹਿਰਾ ਵੱਲੋਂ ਇਸ ਹਫ਼ਤੇ ਨਜਾਇਜ਼ ਮੈਨਿਊ ਲੈ ਕੇ ਮੁੱਦੇ ਚੁੱਕੇ ਗਿਆ ਅਤੇ ਸਰਕਾਰ ਨੂੰ ਘੇਰਿਆ ਗਿਆ ਅਤੇ ਕਾਰਵਾਈ ਕਿਉਂ ਨਹੀਂ ਹੋਈ? ਏਡੀਜੀਪੀ ਇੰਟੈਲੀਜੈਂਸ ਇੱਕ ਚਿੱਠੀ ਲਿਖਦੇ ਨੇ ਪੰਜਾਬ ਦੀ ਸਰਕਾਰ ਨੂੰ, ਇਹਨਾਂ 8 ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਖਨਨ ਹੋ ਰਹੀ ਹੈ, ਰੇਤਾ ਪੱਟਿਆ ਜਾ ਰਿਹਾ। ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਕੌਰ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਨਿਸ਼ਾਨਾ ਉਹਨਾਂ ਦਾ ਹੈਗਾ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ, ਜਿਨ੍ਹਾਂ ਨੇ ਕਿਸਾਨਾਂ ਨੂੰ ਰੋਲਿਆ। ਭਾਜਪਾ ਵੱਲੋਂ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ, ਉੱਥੇ ਹੀ ਹੁਣ ਕੇਂਦਰ ਵੱਲੋਂ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਹੈ। ਸ਼ਸ਼ੀਲ ਰਿੰਕੂ ਦੇ ਗਨਮੈਨ 8 ਤੋਂ ਘਟਾ ਕੇ 4 ਕਰਤੇ ਸੀ। ਭਾਈ ਤੁਸੀਂ 4 ਕਰਤੇ, ਅਗਲਿਆਂ ਦਾ ਸਿੱਧੀ ਜਾ ਰਹੀ ਹੈ ਕੇਂਦਰ ਵਾਲਿਆਂ ਨਾਲ, ਅਤੇ ਅਮਿਤ ਸ਼ਾਹ ਸਾਹਿਬ ਨੇ ਇਹਨਾਂ ਨੂੰ 22 ਕੈਟਾਗਰੀ ਦੀ ਸੁਰੱਖਿਆ ਦਿੱਤੀ। ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਜਿੱਥੇ ਉਹ ਜੇਲ੍ਹ ਦੇ ਵਿੱਚ ਉਹੀ ਸਰਕਾਰ ਚਲਾ ਰਹੇ ਨੇ, ਉੱਥੇ ਆਤਿਸ਼ੀ ਵੱਲੋਂ ਕਿਹਾ ਗਿਆ ਸੀ ਵੀ ਇਹਦੇ ਚੱਲਦੇ ਭਾਜਪਾ ਇੱਕ ਰਣਨੀਤੀ ਬਣਾ ਰਹੀ ਹੈ ਅਤੇ ਦਿੱਲੀ ਦੇ ਵਿੱਚ ਰਾਸ਼ਟਰਪਤੀ ਦਾ ਲਗਾਇਆ ਜਾ ਸਕਦਾ। ਕੇਂਦਰ ਦੀ ਸਰਕਾਰ ਇੱਥੇ ਰਾਸ਼ਟਰਪਤੀ ਰਾਜ ਲਾਉਣਾ ਚਾਹੁੰਦੀ ਹੈ, ਉਹ ਰਾਸ਼ਟਰਪਤੀ ਰਾਜ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਹਨਾਂ ਨੇ 7 ਟਿਕਟਾਂ ਲਾ ਦਿੱਤੀਆਂ, ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲਾ ਦਰਵਾਜ਼ਾ ਕਹਿੰਦਾ ਉੱਚੀਆਂ ਨੇ, ਉਹ ਟੱਪੀਆਂ ਨਹੀਂ ਜਾ ਸਕਦੀਆਂ, ਜ਼ੋਰ ਬਹੁਤ ਲਾਇਆ ਸੀ। ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤਾਂ ਮਾਨ ਸਾਹਿਬ ਦੀ ਕਾਫ਼ੀ ਜ਼ਿੰਮੇਵਾਰੀਆਂ ਵੱਧ ਗਈਆਂ ਨੇ ਅਤੇ ਲੋਕ ਸਭਾ ਚੋਣਾਂ ਨੇੜੇ ਨੇ, ਉੱਥੇ ਹੀ ਮਾਨ ਸਾਹਿਬ ਆਸਾਮ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅਤੇ 15 ਤਰੀਕ ਨੂੰ ਮਾਨ ਸਾਹਿਬ ਨੇ ਦਿੱਲੀ ਆਉਣਾ, ਜਿੱਥੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਮੁਲਾਕਾਤ ਵੀ ਕਰਨੀ ਹੈ। ਨੌਰੀ ਬਾਰਡਰ ਦੇ ਉੱਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਗੋਲੀ ਲੱਗਣ ਦੇ ਨਾਲ, ਅਤੇ ਜਿਹਦੇ ਚੱਲਦੇ ਕਿਸਾਨਾਂ ਵੱਲੋਂ ਰੋਸ ਸੀਗਾ, ਅਤੇ ਹੁਣ ਹਾਈ ਕੋਰਟ ਵੱਲੋਂ ਜਿਹੜੀ ਵਿਸ਼ੇਸ਼ ਜਾਂਚ ਟੀਮ ਹੈ 6 ਹਫ਼ਤੇ ਦਾ ਸਮਾਂ ਦਿੱਤਾ। ਪੰਜਾਬ ਦੇ ਵਿੱਚ 0 FIR ਕੱਟੀ ਗਈ, ਉਹਨਾਂ ਦੀ ਪੁਲਿਸ ਨੇ, ਇਹਨਾਂ ਨੇ ਕਈ ਦਿਨ ਇਹਦੇ 'ਤੇ FIR ਦਰਜ ਨਾ ਕੀਤੀ, ਫਿਰ FIR ਦਰਜ ਹੋ ਗਈ। ਉਸ ਤੋਂ ਬਾਅਦ ਮਾਮਲਾ ਹਾਈਕੋਰਟ ਦੇ ਧਿਆਨ ਵਿੱਚ ਆਇਆ ਅਤੇ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦੀ ਸਾਂਝੀ ਇੱਕ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ। ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਹਫ਼ਤਾਵਾਰੀ ਲੈ ਕੇ ਖਬਰ ਤੋੜ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਫ਼ਤੇ ਭਰ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ, ਅਤੇ ਚਰਚਾ ਕਰਨ ਲਈ ਮੇਰਾ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਉਣ ਦਾ ਪਹਿਲਾਂ ਸਵਾਗਤ ਕਰਦੇ, ਢਿੱਲੋਂ ਸਰ ਸਵਾਗਤ ਹੈ ਜੀ। ਸ਼ੁਕਰੀਆ ਮਿਹਰਬਾਨੀ ਜੀ। ਤੁਸੀਂ ਸੁਖਪਾਲ ਸਿੰਘ ਖਹਿਰਾ ਵੱਲੋਂ ਇਸ ਹਫ਼ਤੇ ਨਜਾਇਜ਼ ਮੈਨਿਊ ਲੈ ਕੇ ਮੁੱਦੇ ਚੁੱਕੇ ਗਿਆ ਅਤੇ ਸਰਕਾਰ ਨੂੰ ਘੇਰਿਆ ਗਿਆ ਅਤੇ ਕਾਰਵਾਈ ਕਿਉਂ ਨਹੀਂ ਹੋਈ ਜੀ? ਸੁਖਪਾਲ ਸਿੰਘ ਖਹਿਰਾ ਕਿਸੇ ਪਾਰਟੀ 'ਚ ਹੋਣ, ਉਹਨਾਂ ਦੀ ਬੇਵਾਕੀ ਲੋਕ ਪਸੰਦ ਕਰਦੇ ਆ ਔਰ ਉਹਨਾਂ ਦੇ ਕੋਲ ਜਾਣਕਾਰੀ ਹੁੰਦੀ ਹੈ
ਲਿਫਾਫੇਬਾਜ਼ੀ ਨਹੀਂ ਕਰਦੇ। ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਉਹ ਜਿਹੜੀ ਰਿਪੋਰਟ ਹੈ ਉਹਨਾਂ ਦੀ ਆਪਣੀ ਨਹੀਂ ਹੈ, 24 ਫਰਵਰੀ ਇਸੇ ਸਾਲ ADGP ਇੰਟੈਲੀਜੈਂਸ ਇੱਕ ਚਿੱਠੀ ਲਿਖਦੇ ਨੇ ਪੰਜਾਬ ਦੀ ਸਰਕਾਰ ਨੂੰ, ਇਹਨਾਂ 8 ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਖਨਨ ਹੋ ਰਹੀ ਹੈ, ਰੇਤਾ ਪੱਟਿਆ ਜਾ ਰਿਹਾ ਹੈ, ਉਹਦੇ ਵਿੱਚ ਇੰਨੇ ਤਾਂ MLA ਸ਼ਾਮਲ ਨੇ, ਆ ਖਨਨ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਨੇ, ਅਤੇ ਸਰਕਾਰ ਦੇ 20,000 ਕਰੋੜ ਦੇ ਦਾਅਵੇ ਕੇਜਰੀਵਾਲ ਸਾਹਿਬ ਦੇ, ਅਸੀਂ ਤਾਂ 20,000 ਕਰੋੜ ਮਾਈਨਿੰਗ ਚੋਂ ਕਮਾ ਲਿਆਵਾਂਗੇ ਅਤੇ ਇਕੱਠਾ 10ਵਾਂ ਹਿੱਸਾ ਵੀ ਨਹੀਂ ਹੋਇਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹਦੇ ਵਿੱਚ ਕੀ ਹੋਇਆ ਹੋਵੇਗਾ ਜੀ। ਜਦੋਂ ਸਾਰੇ ਦਾ ਸਾਰਾ ਲਿਆਂਦਾ, ਇੰਨੇ ਦਿਨ ਬੀਤ ਗਏ, 24 ਫਰਵਰੀ ਦੀ ਚਿੱਠੀ ਹੈ, ਸਰਕਾਰ ਦਾ ਐਕਸ਼ਨ ਕਿਉਂ ਨਹੀਂ? ਦਾਅਵੇ ਬਹੁਤ ਵੱਡੇ ਵੱਡੇ ਨੇ, ਅਸੀਂ 1,000,000 ਰੁਪਈਆਂ ਦੇ ਵਿੱਚ ਰੇਤ ਦੇ ਦਿਆਂਗੇ, ਸਰਕਾਰੀ ਖੱਡਾਂ ਵੀ ਲੈ ਆਉਂਦੀਆਂ। ਉਹ ਜਿਹੜਾ ਮਾਮਲਾ ਪ੍ਰੈਸ ਕਾਨਫਰੰਸ ਕਰਕੇ ਸੁਖਪਾਲ ਖਹਿਰਾ ਨੇ ਉਠਾਇਆ, ਉਹਦਾ ਜਵਾਬ ਅੱਜ ਤੱਕ ਨਾ ਖਨਣ ਮੰਤਰੀ ਦੇ ਸਕਿਆ, ਅਤੇ ਨਾ ਮੁੱਖ ਮੰਤਰੀ ਦੇ ਸਕਿਆ, ਨਾ ਮੁੱਖ ਸਕੱਤਰ ਦੇ ਸਕਿਆ, ਨਾ DGP ਦੇ ਸਕਿਆ ਜੀ। ਸੋ ਇਹਦਾ ਮਤਲਬ ਸਾਨੂੰ ਯਾਦ ਰੱਖਣਾ ਚਾਹੀਦਾ, ਇੱਕ ਵਾਰ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਦੇ ਵਿੱਚ ਜਾ ਰਹੇ ਸਨ, ਉਹਨਾਂ ਨੇ ਵੀ ਇਹ ਸਤਲੁਜ ਦੇ ਵਿੱਚੋਂ ਮਾਈਨਿੰਗ ਹੁੰਦਾ ਦੇਖਿਆ, ਬੜੇ ਸਖ਼ਤ ਆਰਡਰ ਕੀਤੇ, ਲੋਕਾਂ ਦੇ ਵਿੱਚ ਚਰਚਾ ਚੱਲੀ, ਲੈ ਹੁਣ ਤਾਂ ਮੁੱਖ ਮੰਤਰੀ ਸਾਹਿਬ ਤੋਂ ਆਦੇਸ਼ ਆ ਗਏ, ਇਹ ਸਾਰੇ ਖਨਣ ਵਾਲੇ ਕਿਤੇ ਬਾਘਾ ਪਾਰ ਨਾ ਕਰ ਜਾਣ, ਐਡਾ ਐਕਸ਼ਨ ਹੋਏਗਾ। ਫਿਰ ਪੰਜਾਬੀ ਦੀ ਕਹਾਵਤ ਨਿਕਲੀ ਵੀ ਖੋਦਾ ਪਹਾੜ ਨਿਕਲੀ ਚੂਹੀ ਉਹ ਵੀ ਮਰੀ, ਵੀ ਕੱਖ ਨਹੀਂ ਹੋਇਆ। ਵੱਖ ਵੱਖ ਸਰਕਾਰਾਂ ਦੇ ਵਿੱਚ ਖਨਣ ਦਾ ਮੁੱਦਾ ਉੱਠਦਾ ਰਿਹਾ, ਪਰ ਕਿਸੇ ਨੇ ਇਹਦੇ 'ਤੇ ਐਕਸ਼ਨ ਕਰਨ ਦਾ, ਅਤੇ ਮੌਜੂਦਾ ਜਿਹੜੇ ਕਹਿੰਦੇ ਸੀ ਅਸੀਂ ਤਾਂ ਨਵੇਕਲਿਆਂ 'ਚੋਂ ਆਏ ਹਾਂ, ਉਹਨਾਂ ਨੇ ਵੀ ਕੋਈ ਖਾਸ ਨਹੀਂ ਕੀਤਾ। ਅੱਜ ਮੁੱਖ ਮੰਤਰੀ ਸਾਹਿਬ ਤੋਂ ਇਹ ਸਵਾਲ ਕਦੋਂ ਜਵਾਬ ਦੇਣਗੇ, ਇਹ ਸਾਰੇ ਉਹਨਾਂ ਵੱਲ ਵੇਖ ਰਹੇ ਨੇ ਜੀ। ਸੋ ਦੂਜੇ ਪਾਸੇ ਕਿਸਾਨਾਂ ਵੱਲੋਂ ਜਿੱਥੇ ਐਲਾਨ ਕਰ ਦਿੱਤਾ ਗਿਆ ਸੀ ਵੀ ਅਸੀਂ ਪਿੰਡਾਂ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਨਹੀਂ ਵੜਨ ਦੇਵਾਂਗੇ, ਉੱਥੇ ਹੀ ਪਟਿਆਲੇ ਤੋਂ ਮਹਾਰਾਣੀ ਪਰਨੀਤ ਕੌਰ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਜੀ। ਦੇਖੋ, ਕਿਸਾਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ, ਅਤੇ ਨਿਸ਼ਾਨਾ ਉਹਨਾਂ ਦਾ ਹੈਗਾ ਸਿਰਫ ਅਤੇ ਸਿਰਫ ਭਾਰਤੀ ਜਨਤਾ ਪਾਰਟੀ, ਜਿਨ੍ਹਾਂ ਨੇ ਕਿਸਾਨਾਂ ਨੂੰ ਰੋਲਿਆ, ਜਿਨ੍ਹਾਂ ਨੇ ਕਿਸਾਨਾਂ ਨੂੰ 700 ਤੋਂ ਵੱਧ ਕਹਾਣ ਸ਼ਹੀਦ ਕਰ ਦਿੱਤੇ ਗਏ, ਉਹਨਾਂ ਨੇ ਐਲਾਨ ਕਰਤਾ ਅਸੀਂ ਤੁਹਾਡਾ ਵਿਰੋਧ ਕਰਾਂਗੇ। ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਪਟਿਆਲੇ ਤੋਂ ਮਹਾਰਾਣੀ ਪਰਨੀਤ ਕੌਰ, ਉਹਨਾਂ ਨੂੰ ਲੱਗਦਾ ਸੀ ਕਿ ਮੈਂ ਪਹਿਲਾਂ ਇੱਥੇ 4 ਵਾਰ MP ਰਹਿ ਚੁੱਕੀ ਹਾਂ, ਮੇਰਾ ਨਹੀਂ ਘੱਟੋ ਘੱਟ ਕਿਸੇ ਨੇ ਵਿਰੋਧ ਕਰਨਾ। ਉਹਨਾਂ ਦਾ ਵਿਰੋਧ ਨਾਭੇ ਹੋਇਆ, ਪਾਤਲਾ ਹੋਇਆ, ਰਾਜਪੁਰੇ ਹੋਇਆ, ਬਨੂੜ ਹੋਇਆ, ਅਤੇ ਕਿਸਾਨਾਂ ਨੇ ਕਹਿ ਤਾ ਜੇ ਕਿਤੇ ਹੋਰ ਵੀ ਜਾਣਗੇ
ਅਸੀਂ ਉਹਨਾਂ ਦਾ ਵਿਰੋਧ ਕਰਾਂਗੇ, ਕਾਲੀਆਂ ਝੰਡੀਆਂ ਦਿਖਾਵਾਂਗੇ। ਸੋ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਜਿਹੜੇ ਉਮੀਦਵਾਰ ਹੁਣ ਤੱਕ ਐਲਾਨੇ ਜਾ ਚੁੱਕੇ ਹੈ ਉਹ ਹੰਸਰਾਜ ਹੰਸ ਹੋਣ, ਤਰਨਜੀਤ ਸੰਧੂ ਹੋਣ, ਜਦੋਂ ਵੀ ਇਹ ਜਾਂਦੇ ਆ ਵੋਟਾਂ ਮੰਗਣ ਵਾਸਤੇ ਤਾਂ ਕਿਸਾਨਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਜੀ। ਸੋ ਦੂਜੇ ਪਾਸੇ ਜਿੱਥੇ ਭਾਜਪਾ ਵੱਲੋਂ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ, ਉੱਥੇ ਹੀ ਹੁਣ ਕੇਂਦਰ ਵੱਲੋਂ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਹੈ ਜੀ। ਦੇਖੋ ਇਹ ਇੱਕ ਤਾਂ ਸ਼ੀਤਲ ਅੰਗਰਾਲ, ਉਹ ਵੀ ਬੀਜੇਪੀ 'ਚ ਗਏ, ਸੁਸ਼ੀਲ ਕੁਮਾਰ ਰਿੰਕੂ ਜਿਹਨੂੰ ਡੈਪੂਟੇਸ਼ਨ 'ਤੇ ਆਮ ਆਦਮੀ ਪਾਰਟੀ ਪਿਛਲੇ ਵਾਰ ਜਲੰਧਰ ਉਪ ਚੋਣ ਵਾਸਤੇ ਲੈ ਕੇ ਆਈ ਅਤੇ ਮੈਂਬਰ ਪਾਰਲੀਮੈਂਟ ਬਣਾਤਾ ਬੰਦਾ ਕੌਂਸਲਰ ਤੋਂ, ਇਸ ਵਾਰ ਉਹ ਭਾਰਤੀ ਜਨਤਾ ਪਾਰਟੀ ਚਲਿਆ ਗਿਆ, ਉਹਨਾਂ ਨੇ ਉਮੀਦਵਾਰ ਐਲਾਨ ਤਾ। ਤਰਨਜੀਤ ਸਿੰਘ ਸੰਧੂ ਸਾਰਿਆਂ ਨੂੰ ਪਤਾ ਕਿ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਨੇ, ਉਹਨਾਂ ਦਾ ਵਿਰੋਧ ਵੱਡੀ ਪੱਧਰ 'ਤੇ ਹੋਇਆ ਔਰ ਪੰਜਾਬ ਦੀ ਸਰਕਾਰ ਨੇ ਸੁਸ਼ੀਲ ਰਿੰਕੂ ਦੇ ਗਨਮੈਨ 8 ਤੋਂ ਘਟਾ ਕੇ 4 ਕਰਤੇ ਸੀ। ਉਹ ਭਾਈ ਤੁਸੀਂ 4 ਕਰਤੇ, ਅਗਲਿਆਂ ਦਾ ਸਿੱਧੀ ਜਾਰੀ ਹੈ ਕੇਂਦਰ ਵਾਲਿਆਂ ਨਾਲ, ਅਤੇ ਅਮਿਤ ਸ਼ਾਹ ਸਾਹਿਬ ਨੇ ਇਹਨਾਂ ਨੂੰ 22 ਕੈਟਾਗਰੀ ਦੀ ਸੁਰੱਖਿਆ ਦਿੱਤੀ। ਉਹਨਾਂ ਕੋਲ ਕੇਂਦਰੀ ਸੁਰੱਖਿਆ ਬਲਾਂ ਦੀ ਟੁਕੜੀਆਂ ਪਹੁੰਚ ਗਈਆਂ ਜਿਹੜੇ ਆ ਉਹਨਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਡਿਊਟੀ ਕਰ ਰਹੀਆਂ ਨੇ ਜੀ। ਸੋ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਜਿੱਥੇ ਉਹ ਜੇਲ੍ਹ ਦੇ ਵਿੱਚ ਉਹੀ ਸਰਕਾਰ ਚਲਾ ਰਹੇ ਨੇ, ਉੱਥੇ ਆਤਿਸ਼ੀ ਵੱਲੋਂ ਕਿਹਾ ਗਿਆ ਸੀ ਵੀ ਇਹਦੇ ਚੱਲਦੇ ਭਾਜਪਾ ਇੱਕ ਰਣਨੀਤੀ ਬਣਾ ਰਹੀ ਹੈ ਅਤੇ ਦਿੱਲੀ ਦੇ ਵਿੱਚ ਰਾਸ਼ਟਰਪਤੀ ਦਾ ਲਗਾਇਆ ਜਾ ਸਕੇ ਜੀ। ਬੀਬੀ ਆਤਿਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੇ ਵਿੱਚ ਕੇਂਦਰ ਦੀ ਸਰਕਾਰ ਇੱਥੇ ਰਾਸ਼ਟਰਪਤੀ ਰਾਜ ਲਾਉਣਾ ਚਾਹੁੰਦੀ ਹੈ, ਉਹ ਰਾਸ਼ਟਰਪਤੀ ਰਾਜ ਹੋ ਸਕਦਾ, ਪਰ ਬੀਬੀ ਆਤਿਸ਼ੀ ਨੂੰ ਵੀ ਸਵਾਲ ਕਰਦੇ ਆ ਮੀਡੀਆ ਵਾਲੇ, ਇੱਕ ਢੰਗ ਹੁੰਦਾ ਤੁਹਾਡੇ ਸਾਹਮਣੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਸਾਬਕਾ ਹੋ ਗਏ ਹੁਣ ਤਾਂ, ਉਹਨਾਂ ਨੂੰ ਜਦੋਂ ਈਡੀ ਲੈ ਕੇ ਗਈ ਉਹ ਕਹਿੰਦੇ ਮੈਂ ਅਸਤੀਫਾ ਦੇਵਾਂ, ਕਹਿੰਦੇ ਦੇ ਦਿਓ ਅਸਤੀਫਾ ਦੇ ਕੇ ਨਾਲ ਗਵਰਨਰ ਨੂੰ ਉਹਨਾਂ ਨੇ ਜਿਹੜਾ ਉਹ ਚੰਪਾਈ ਸੁਰੇਨ ਨੂੰ ਬਣਾਇਆ ਹੈ ਉਹਦਾ ਨਾਂ ਦੇ ਕੇ ਅਤੇ ਬਹੁਮਤ ਦਾ ਪੱਤਰ ਫੜਾਇਆ, ਆਹ ਲਓ ਜੀ ਸਾਡੇ ਅੱਜ ਤੋਂ ਬਾਅਦ ਇਹ ਹੋਣਗੇ ਵਿਧਾਇਕ ਦਲ ਦੇ ਨੇਤਾ। ਇਹ ਕਹਿੰਦੇ ਸੀ ਜੇਲ੍ਹ ਤੋਂ ਸਰਕਾਰ ਚਲਾਉਣੀ ਹੈ, ਅਤੇ ਬੀਬੀ ਆਤਿਸ਼ੀ ਇਹ ਵੀ ਦੱਸਣ ਹੁਣ ਤੱਕ ਦੀਆਂ ਫਾਈਲਾਂ ਉਹ ਕਿਵੇਂ ਗਈਆਂ, ਉੱਥੇ ਆਗਿਆ ਮਿਲ ਗਈ ਜੇਲ੍ਹ ਤੋਂ, ਹਾਲਾਂਕਿ ਜੇਲ੍ਹ ਦਾ ਮਹਿਕਮਾ ਇਹਨਾਂ ਦਾ ਆਪਣਾ ਹੈ। ਸੋ ਜੋ ਉਹਨਾਂ ਨੇ ਗਵਰਨਰ ਸਾਹਿਬ ਨੇ ਲੈਫਟੀਨੈਂਟ ਗਵਰਨਰ ਵੀ ਕੇ ਸਕਸੈਨਾ ਸਾਹਿਬ ਨੇ ਬੁਲਾਇਆ ਇਹ ਗਏ ਨਹੀਂ ਜਦੋਂ ਆਪਸ ਵਿੱਚ ਦੀ ਬਣਦੀ ਨਹੀਂ, ਅਤੇ ਪਹਿਲਾਂ ਹੀ ਪਾਵਰਾਂ ਜਿਹੜੀਆਂ ਨੇ ਉਹ ਦਿੱਲੀ ਦੀ ਮਿਊਂਸਪੈਲਿਟੀ ਵਰਗੀ ਸਰਕਾਰ ਤੋਂ ਖੋਹ ਕੇ ਕੇਂਦਰ ਦੀ ਸਰਕਾਰ ਲੈਫਟੀਨੈਂਟ ਗਵਰਨਰ ਸਾਹਿਬ ਨੂੰ ਦੇ ਚੁੱਕੀ ਹੈ। ਸੋ ਜੇ ਇਹਨਾਂ ਨੇ
ਇਸ ਸਰਕਾਰ ਨੂੰ ਚੱਲਦੇ ਰੱਖਣਾ ਤੇ ਇਸ ਰੱਟ ਨਾ ਲਾਉਣ ਕਿ ਕੇਜਰੀਵਾਲ ਹੀ ਮੁੱਖ ਮੰਤਰੀ ਹੋਏਗਾ। ਇਹ ਆਪਣਾ ਵਿਧਾਇਕ ਦਲ ਦਾ ਨੇਤਾ ਚੁਣ, ਬਹੁਮਤ ਇਹਨਾਂ ਕੋਲ ਹੈ, ਦੋ ਤੇ ਹੈ ਹੀ ਬਹੁਮਤ ਹੈ। ਜਦੋਂ ਤੱਕ ਕੇਜਰੀਵਾਲ ਸਾਹਿਬ ਦਾ ਅਦਾਲਤਾਂ ਦੇ ਵਿੱਚ ਕੋਈ ਫੈਸਲਾ ਨਹੀਂ ਹੁੰਦਾ, ਉਹ ਬੰਦਾ ਸਰਕਾਰ ਚਲਾਵੇ, ਉਦੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਜਦੋਂ ਬਾਹਰ ਆਉਣ ਤਾਂ ਸੰਭਾਲ ਦਿੱਤਾ ਜਾਵੇ, ਨਹੀਂ ਤਾਂ ਫਿਰ ਪਾਵਰਾਂ ਪਹਿਲਾਂ ਹੀ, ਉਹ ਤਾਂ ਰਾਸ਼ਟਰਪਤੀ ਰਾਜ ਲੱਗਿਆਂ ਵਰ ਗਈ ਹੈ, ਕਿਉਂਕਿ ਬਹੁਗਿਣਤੀ ਪਾਵਰਾਂ ਉੱਥੋਂ ਦੇ ਲੈਫਟੀਨੈਂਟ ਗਵਰਨਰ ਉਪ ਰਾਜਪਾਲ ਸਾਹਿਬ ਕੋਲ ਹਨਗੀਆਂ ਜੀ। ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਤੁਹਾਨੂੰ ਦੱਸਦੇ ਕਿ ਜ਼ਿਆਦਾਤਰ ਲੀਡਰ ਸੀਨੀਅਰ ਲੀਡਰ ਨੇ ਜਿਹਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਅਤੇ ਲੋਕ ਸਭਾ ਚੋਣਾਂ ਲੈ ਕੇ ਕਈ ਫੈਸਲੇ ਵੀ ਲਏ ਗਏ ਨੇ ਜੀ। ਇਹਨਾਂ ਨੇ 7 ਟਿਕਟਾਂ ਲਾ ਦਿੱਤੀਆਂ, ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲਾ ਦਰਵਾਜ਼ਾ ਕਹਿੰਦਾ ਉੱਚੀਆਂ ਨੇ, ਉਹ ਟੱਪੀਆਂ ਨਹੀਂ ਜਾ ਸਕਦੀਆਂ, ਜ਼ੋਰ ਬਹੁਤ ਲਾਇਆ ਸੀ ਅਤੇ ਹੁਣ ਤਾਂ ਫਿਰ ਇਕੱਲਿਆਂ ਨੂੰ ਹੀ ਲੜਨਾ ਪਊ। ਅਤੇ ਪ੍ਰਧਾਨ ਸਾਹਿਬ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਾਗੀਰ ਕੌਰ ਔਰਾਂ ਨੂੰ ਪਾਰਟੀ 'ਚ ਵੀ ਸ਼ਾਮਿਲ ਕਰਾ ਲਿਆ ਸੀ, ਟਿਕਟਾਂ ਦਿੱਤੀਆਂ। ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ, ਕਈ ਘੇਰਿਆਂ ਦੇ ਵਿੱਚ ਇਹ ਗੱਲ ਘੁੰਮ ਰਹੀ ਹੈ ਕਿ ਢੀਂਡਸਾ ਸਾਹਿਬ ਕਹਿੰਦੇ ਸਾਨੂੰ ਤਾਂ ਲੁਕੋਚ ਰੱਖਿਆ। ਦੂਜਾ ਇਹ ਵੀ ਇਲਜ਼ਾਮ ਆ ਰਿਹਾ, ਇਹ ਕਿੰਨਾ ਕੁ ਸੱਚਾ ਕਿੰਨਾ ਕੁ ਝੂਠਾ ਮੈਨੂੰ ਨਹੀਂ ਪਤਾ, ਕਿ ਆਪਣੀ ਘਰਵਾਲੀ ਜਿਤਾਉਣ ਵਾਸਤੇ ਸਮਝੌਤਾ ਕਰ ਲਿਆ ਸੰਗਰੂਰ 'ਤੇ, ਕਿਹੜੀ ਪਾਰਟੀ ਨਾਲ ਕੀਤਾ ਸਾਨੂੰ ਨਹੀਂ ਪਤਾ, ਪਰ ਉਹ ਬੀਬਾ ਜੀ ਦੀ ਟਿਕਟ ਦਾ ਅਜੇ ਐਲਾਨ ਹੀ ਨਹੀਂ ਕੀਤੀ। ਜੇ ਪ੍ਰਧਾਨ ਸਾਹਿਬ ਆਪਣੀ ਸੀਟ ਹੀ ਨਹੀਂ ਐਲਾਨ ਕਰਦੇ, ਇਹਦਾ ਮਤਲਬ ਖਡੂਰ ਸਾਹਿਬ ਜਾਂ ਫਿਰੋਜ਼ਪੁਰ ਜਾਣ ਦੀ ਤਿਆਰੀ ਹੈ, ਕਿਉਂਕਿ ਘਰ ਦਾ ਭੇਤੀ ਭਾਰਤੀ ਜਨਤਾ ਪਾਰਟੀ ਦੇ ਰੌਕਟ 'ਤੇ ਚੜ੍ਹ ਗਿਆ ਪਰਿਵਾਰ ਉਹਨਾਂ ਦਾ। ਇਹ ਜ਼ਰੂਰ ਕਹੀ ਜਾਂਦੇ ਆ ਕਿ ਮੈਂ ਤਾਂ ਅਕਾਲੀ ਦਲ 'ਚ ਹੀ ਹਾਂ ਮਲੂਕਾ ਸਾਹਿਬ, ਪਰ ਉਹਦਾ ਨੁਕਸਾਨ ਤਾਂ ਇਹਨਾਂ ਨੂੰ ਹੋਣਾ, ਬੀਬੀ ਪਰਮਪਾਲ ਕੌਰ ਅਤੇ ਉਹਨਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਮਲੂਕਾ। ਉੱਥੋਂ ਇਹਨਾਂ ਨੇ ਰਾਜਵਿੰਦਰ ਸਿੰਘ ਨੂੰ ਟਿਕਟ ਦਿੱਤੀ ਫਰੀਦਕੋਟ ਤੋਂ, ਜਿਹੜਾ ਕਿ ਗੁਰਦੇਵ ਸਿੰਘ ਬਾਦਲ ਸਾਹਿਬ ਦੇ ਪਰਿਵਾਰ ਨਾਲ ਸੰਬੰਧਿਤ ਹੈ। ਢੀਂਡਸਾ ਸਾਹਿਬ ਦੀ ਉੱਥੇ ਵੀ ਨਾ ਚੱਲੀ, ਉਹਨਾਂ ਦੇ ਨਾਲ ਗਏ ਜਸਟਿਸ ਨਿਰਮਲ ਸਿੰਘ ਦੇ ਪਰਿਵਾਰ ਵਿੱਚੋਂ ਘਰੋਂ ਸਾਬਕਾ ਮੈਂਬਰ ਪਾਰਲੀਮੈਂਟ ਦੋ ਵਾਰ ਦੇ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਬਠਿੰਡੇ ਦੇ ਇੱਕ ਵੱਡੇ ਆਗੂ ਧੰਨਾ ਸਿੰਘ ਗੁਲਸ਼ਨ ਦੀ ਸਪੁੱਤਰੀ, ਉਹਨਾਂ ਦੀ ਟਿਕਟ ਕੱਟਤੀ। ਹੋ ਸਕਦਾ ਕੋਈ ਹੋਰ ਪਾਰਟੀ ਦੇ ਦੇਵੇ, ਇਹ ਟਿਕਟ ਸਵੇ ਉੱਥੋਂ ਵਾਲੀ। ਅੰਮ੍ਰਿਤਸਰ ਦੇ ਵਿੱਚੋਂ ਇਹਨਾਂ ਨੇ ਅਨਿਲ ਜੋਸ਼ੀ ਨੂੰ 96 ਤੋਂ ਬਾਅਦ ਅੱਡ ਅੱਡ ਲੜਨ ਲੱਗੇ ਨੇ, ਅਤੇ ਗੁਰੂ ਨਗਰੀ ਜਿੱਥੇ DC ਵੀ ਕਦੇ ਸਿੱਖ ਲੱਗਦਾ ਸੀ ਉੱਥੇ ਵੀ ਹਿੰਦੂ ਚਿਹਰਾ, ਜਿਹੜਾ ਕਿ ਹੁਣ ਤੱਕ ਭਾਰਤੀ ਜਨਤਾ ਪਾਰਟੀ 'ਚ ਰਿਹਾ ਉਹਦਾ। ਫਤਿਹਗੜ੍ਹ ਸਾਹਿਬ ਤੋਂ ਸਰਦਾਰ ਬਸੰਤ ਸਿੰਘ ਖਾਲਸਾ ਦੇ ਸਪੁੱਤਰ ਵਿਕਰਮਜੀਤ ਸਿੰਘ ਖਾਲਸਾ ਨੂੰ, ਪਟਿਆਲਾ ਤੋਂ ਹਿੰਦੂ ਚਿਹਰਾ NK ਸ਼ਰਮਾ, ਇਹਨਾਂ ਨੇ ਟਿਕਟ ਦਿੱਤੀ ਹੈ। ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਅਨੰਦਪੁਰ ਸਾਹਿਬ ਤੋਂ ਇਹਨਾਂ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੱਦੂ ਬਾਜਰਾ ਨੂੰ ਪੱਤਾ ਖੇਡਿਆ, ਅਜੇ
6 ਟਿਕਟਾਂ ਹੋਰ ਰਹਿੰਦੀਆਂ ਨੇ ਅਤੇ 7ਵੀਂ ਚੰਡੀਗੜ੍ਹ ਦੀ। ਇਹਨਾਂ ਨੂੰ ਵੀ ਝਾਕ ਹੈ ਸ਼ਾਇਦ ਕੋਈ ਨਾ ਕੋਈ ਆ ਜਾਵੇ, ਪਰ ਨਹੀਂ, ਆਪਣੇ ਬੰਦਿਆਂ ਦੇ ਵਿੱਚੋਂ ਹੀ ਟਿਕਟਾਂ ਐਲਾਨਣੀਆਂ ਪੈਣਗੀਆਂ। ਸੋ ਦੇਖਦੇ ਹਾਂ ਕਿ ਜਿਹੜਾ ਸੰਗਰੂਰ ਵਾਲਾ ਕਲੇਸ਼ ਹੈ ਇਹ ਕਿਸੇ ਪਾਸੇ ਲੱਗਦਾ ਹੈ। ਪਤਾ ਲੱਗਿਆ ਕਿ ਢਿੱਡਸਾ ਸਾਹਿਬ ਕਹਿੰਦੇ ਮੈਂ ਆਪਣੇ ਵਰਕਰਾਂ ਦੀ ਜਿਹੜੀ ਉਹਨਾਂ ਦੀ ਕਿਚਨ ਕੈਬਨਿਟ ਆ ਉਹਨਾਂ ਦੀ ਮੀਟਿੰਗ ਬੁਲਾਈ ਹੈ, ਉਦੋਂ ਬਾਅਦ ਕੋਈ ਫੈਸਲਾ ਲਵਾਂਗੇ ਕਿ ਕੀ ਕਰਨਾ ਜੀ। ਸੋ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤਾਂ ਮਾਨ ਸਾਹਿਬ ਦੀ ਕਾਫੀ ਜ਼ਿੰਮੇਵਾਰੀਆਂ ਵੱਧ ਗਈਆਂ ਨੇ ਅਤੇ ਲੋਕ ਸਭਾ ਚੋਣਾਂ ਨੇੜੇ ਨੇ, ਉੱਥੇ ਹੀ ਹੁਣ ਮਾਨ ਸਾਹਿਬ ਆਸਾਮ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਜੀ। ਉਹਨਾਂ ਨੇ ਇਸ ਤੋਂ ਬਾਅਦ 2 ਦਿਨ ਵਾਸਤੇ 16 ਅਤੇ 17 ਗੁਜਰਾਤ ਵੀ ਜਾਣਾ ਅਤੇ 15 ਤਰੀਕ ਨੂੰ ਮਾਨ ਸਾਹਿਬ ਨੇ ਦਿੱਲੀ ਆਉਣਾ, ਜਿੱਥੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਮੁਲਾਕਾਤ ਵੀ ਕਰਨੀ ਹੈ। ਹਾਲਾਂਕਿ ਮੁਲਾਕਾਤ ਕੋਈ ਸਪੈਸ਼ਲ ਨਹੀਂ, ਆਮ ਵਾਂਗ ਹੋਵੇਗੀ, ਕੱਲ੍ਹ ਦਾ ਟਾਈਮ ਉਹਦੇ ਵਾਸਤੇ ਆ। ਫਿਰ ਉਹਨਾਂ ਨੇ 2 ਦਿਨ ਗੁਜਰਾਤ ਲਾਉਣੇ ਨੇ। ਸੋ ਅੱਜ ਕੱਲ੍ਹ ਉਹ ਅਸਮ ਦੇ ਦੌਰੇ 'ਤੇ ਗਏ ਹੋਏ ਨੇ। ਇੰਡੀਆ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ, ਦੇਖੋ ਇੱਕ ਗੱਲ ਤਾਂ ਮੰਨਣੀ ਪਊਗੀ ਕੇਜਰੀਵਾਲ ਸਾਹਿਬ ਦੀ, ਆ ਜਿਹੜੇ ਇੱਥੇ ਕੌਮੀ ਪ੍ਰਧਾਨ, ਕੌਮੀ ਜਨਰਲ ਸਕੱਤਰ, ਪਤਾ ਨਹੀਂ ਕੀ ਕੀ ਕੌਮੀ ਲਿਖੀ ਜਾਂਦੇ ਸੀ, ਇਹਨਾਂ ਨੂੰ ਜੇ ਦਿੱਲੀ 'ਚ ਟਿਕਟ ਦਿੱਤੀ, ਉਹ ਵੀ ਉਹਨਾਂ ਨੇ ਆਪਦੀ ਚੋਣ ਨਿਸ਼ਾਨ 'ਤੇ ਦਿੱਤੀ। ਇਹ ਪਾਰਟੀ ਬਹੁਤ ਤੇਜ਼ੀ ਨਾਲ ਕੌਮੀ ਪਾਰਟੀ ਬਣੀ। ਅਸਮ 'ਚ ਵੀ 2 ਸੀਟਾਂ ਲੜ ਰਹੇ ਹੈ, ਗੁਜਰਾਤ 'ਚ MLA ਜਿੱਤ ਗਏ, ਗੋਆ 'ਚ MLA ਜਿੱਤ ਗਏ, ਹਰਿਆਣੇ ਦੇ ਵਿੱਚ ਇੱਕ ਟਿਕਟ ਇੰਡੀਆ ਗੱਠਜੋੜ ਨੇ ਇਹਨਾਂ ਨੂੰ ਦਿੱਤੀ ਹੈ, ਕੁਰਕਸ਼ੇਤਰ ਵਾਲੀ। 2 ਗੁਜਰਾਤ 'ਚ, 2 ਅਸਮ 'ਚ, ਅਤੇ ਦਿੱਲੀ ਦੇ ਵਿੱਚ ਵੀ ਇਹ ਰਲ ਕੇ ਕਾਂਗਰਸ ਦੇ ਨਾਲ ਲੜ ਰਹੇ ਨੇ। 4 ਸੀਟਾਂ ਕੇਜਰੀਵਾਲ ਸਾਹਿਬ ਦੀ ਆਮ ਆਦਮੀ ਪਾਰਟੀ ਅਤੇ 3 ਕਾਂਗਰਸ। ਇਹਦਾ ਮਤਲਬ ਇਹ ਹੋਇਆ ਜਿਹੜੀ ਤੇਜ਼ੀ ਨਾਲ ਉੱਠੀ ਪਾਰਟੀ ਸੀ ਉਹ ਸਾਡੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਕੌਮੀ ਪਾਰਟੀ ਵੱਲ ਵੱਧ ਗਈ। ਸੋ ਮਾਨ ਸਾਹਿਬ ਉੱਥੇ ਚੋਣ ਪ੍ਰਚਾਰ 'ਤੇ ਗਏ ਹੋਏ ਆ ਅਸਮ, ਕਿਉਂਕਿ ਕੇਜਰੀਵਾਲ ਸਾਹਿਬ ਤੋਂ ਬਾਅਦ ਇਹਨਾਂ ਕੋਲ ਦੂਜਾ ਮੁੱਖ ਮੰਤਰੀ ਭਗਵੰਤ ਮਾਨ ਹੈ, ਲੇਕਿਨ ਸੰਜੇ ਸਿੰਘ ਹੋਰੀ ਵੀ ਰਾਜ ਸਭਾ ਦੇ ਮੈਂਬਰ ਹੈ, ਉਹ ਬਾਹਰ ਆ ਗਏ। ਕੇਜਰੀਵਾਲ ਸਾਹਿਬ ਦੀ ਥਾਂ 'ਤੇ ਕਈ ਜ਼ਿੰਮੇਵਾਰੀਆਂ ਉਹ ਨਿਭਾ ਰਹੇ ਨੇ। ਪੰਜਾਬ ਵਾਲਾ ਤਾਂ ਕੰਮ ਉਹੀ ਹੈਗਾ ਕਿ ਖਾਣ ਪੀਣ ਨੂੰ ਕੋਈ ਅਤੇ ਮੌਜ ਮਸਤੀ ਨੂੰ ਕੋਈ ਜੀ ਜੀ। ਸੋ ਦੂਜੇ ਪਾਸੇ ਸ਼ਨ ਪ੍ਰੋਜੈਕਟ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਹਿਮਾਚਲ ਅਤੇ ਕੇਂਦਰ ਤੋਂ ਜਵਾਬ ਮੰਗਿਆ ਗਿਆ ਜੀ। ਜਿਹੜਾ ਜੋਗਿੰਦਰ ਨਗਰ ਦਾ ਸ਼ਾਨਣ ਪਣ ਬਿਜਲੀ ਪ੍ਰੋਜੈਕਟ ਹੈ, ਇੱਕ ਕਰਨਲ ਬੈਟੀ ਹੁੰਦੇ ਸੀ, ਇੱਕ ਅੰਗਰੇਜ਼ ਇੰਜੀਨੀਅਰ ਕਰਨਲ ਵੀ ਸੀ ਬੈਟੀ, ਉਹਨਾਂ ਨੇ ਬਣਾਇਆ। ਉੱਥੇ ਛੋਟੇ ਛੋਟੇ ਦਰਿਆ ਨੇ, ਕੋਈ ਲੰਗਾ ਡੰਗ ਹੈ, ਕੋਈ ਕੁਝ ਹੈ। ਦਿਲਚਸਪ ਗੱਲ ਇਹ ਹੈ ਕਿ ਉੱਥੇ ਇੱਕ ਪ੍ਰਾਇਮਰੀ ਸਕੂਲ ਹੈ ਬਰੋਟ ਤੋਂ ਅੱਗੇ, ਜਿੱਥੇ ਪਾਣੀ ਰੋਕਿਆ ਗਿਆ, ਉਸ ਤੋਂ ਅੱਗੇ ਚੀਨ ਦਾ ਬਾਰਡਰ ਆ ਜਾਂਦਾ ਹੈ, ਉਹਦਾ ਨੀਂਹ ਪੱਥਰ ਸਾਂਝੇ ਪੰਜਾਬ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋਂ ਉਸ ਵੇਲੇ ਦੇ ਮੁੱਖ ਮੰਤਰੀ ਨੇ ਰੱਖਿਆ ਸੀ। ਉਹ 99 ਸਾਲਾਂ ਪੱਟੇ 'ਤੇ ਸੀ, ਲੇਕਿਨ
ਪਿਛਲੇ ਸਮਝੌਤੇ ਦੇ ਮੁਤਾਬਕ ਉਹ ਪੰਜਾਬ ਨੂੰ ਫੈਸਲਾ ਹੋ ਗਿਆ ਸੀ ਕਿ ਪੰਜਾਬ ਕੋਲ ਹੀ ਰਹੇਗਾ। ਪੰਜਾਬ 'ਤੇ ਤਲਵਾਰ ਹੈ ਕਿ ਖਰਚ ਕਰਦੇ ਨੇ, ਮੁੜ ਕੇ ਉਹਨਾਂ ਦਾ ਰਹੇ ਨਾ। ਪੰਜਾਬ ਦੀ ਸਰਕਾਰ ਚਲੀ ਗਈ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ 24 ਤੱਕ ਆ ਉਹਦਾ ਪਟਾ, 25 ਦੇ ਵਿੱਚ ਨਹੀਂ। ਇਹਦੇ 'ਤੇ ਫਿਰ ਹਿਮਾਚਲ ਦੀ ਸਰਕਾਰ ਅਤੇ ਪੰਜਾਬ ਤਿੰਨਾਂ ਦਾ ਨੋ ਭੇਜਿਆ ਹੀ ਹੈ। ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਨੋਟਿਸ ਭੇਜਤਾ, ਇਹਦੀ ਅਗਲੀ ਸੁਣਵਾਈ ਜੁਲਾਈ ਦੇ ਮਹੀਨੇ ਦੇ ਵਿੱਚ ਹੋਣੀ ਹੈ ਜੀ। ਸੋ ਖਨੌਰੀ ਬਾਰਡਰ ਦੇ ਉੱਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਗੋਲੀ ਲੱਗਣ ਦੇ ਨਾਲ, ਅਤੇ ਜਿਹਦੇ ਚੱਲਦੇ ਕਿਸਾਨਾਂ ਵੱਲੋਂ ਰੋਸ ਸੀਗਾ ਅਤੇ ਉਹਨਾਂ ਵੱਲੋਂ ਪਿੰਡਾਂ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ। ਭਾਜਪਾ ਨੂੰ ਨਿਸ਼ਾਨੇ ਸਾਧੇ ਗਏ ਸੀ ਅਤੇ ਹੁਣ ਹਾਈ ਕੋਰਟ ਵੱਲੋਂ ਜਿਹੜੀ ਵਿਸ਼ੇਸ਼ ਜਾਂਚ ਟੀਮ ਹੈ 6 ਹਫ਼ਤੇ ਦਾ ਸਮਾਂ ਦਿੱਤਾ ਜੀ। ਦੇਖੋ, ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ 0 FIR ਕੱਟੀ ਗਈ। ਉਹਨਾਂ ਦੀ ਪੁਲਿਸ ਨੇ, ਇਹਨਾਂ ਨੇ ਕਈ ਦਿਨ ਇਹਦੇ 'ਤੇ FIR ਦਰਜ ਨਾ ਕੀਤੀ, ਫਿਰ FIR ਦਰਜ ਹੋ ਗਈ। ਉਸ ਤੋਂ ਬਾਅਦ ਮਾਮਲਾ ਹਾਈਕੋਰਟ ਦੇ ਧਿਆਨ ਵਿੱਚ ਆਇਆ ਅਤੇ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦੀ ਸਾਂਝੀ ਇੱਕ ਵਿਸ਼ੇਸ਼ ਜਾਂਚ ਟੀਮ ਬਣਾਤੀ। ਜਿਹੜੀ ਵਿਸ਼ੇਸ਼ ਜਾਂਚ ਟੀਮ ਹੈ ਉਹਦੇ ਵਿੱਚ ADGP ਪੱਧਰ ਦੇ ਅਧਿਕਾਰੀ ਨੇ, ਇੱਕ ਪੰਜਾਬ ਦਾ ਇੱਕ ਹਰਿਆਣੇ ਦਾ। ਉਹ ਜਾਂਚ ਟੀਮ ਨੂੰ ਕਿਹਾ ਕਿ 6 ਹਫ਼ਤਿਆਂ ਦੇ ਵਿੱਚ ਜਾਂਚ ਮੁਕੰਮਲ ਕਰਕੇ ਰਿਪੋਰਟ ਹਾਈਕੋਰਟ ਦੇ ਟੇਬਲ 'ਤੇ ਲਿਆਂਦੀ ਜਾਵੇ ਜੀ। ਜੀ, ਦੂਜੇ ਪਾਸੇ ਸਾਬਕਾ ਵਿਧਾਇਕ ਨੇ ਸੰਦੀਪ ਕੁਮਾਰ ਨੇ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ ਹੈ। ਇਹ ਕੋਈ ਹੋਰ ਨਹੀਂ ਹੈਗੇ, ਇਸ ਆਮ ਆਦਮੀ ਪਾਰਟੀ ਦੇ ਹੀ ਆਗੂ ਨੇ, ਸਾਬਕਾ ਵਿਧਾਇਕ ਨੇ। ਜਦੋਂ ਕੇਜਰੀਵਾਲ ਸਾਹਿਬ ਗਏ ਅਦਾਲਤ ਦੇ ਵਿੱਚ, ਅਦਾਲਤ ਨੇ ਕਹਿਤਾ ਕਿ ਇਹ ਮਾਮਲਾ ਸੰਵਿਧਾਨਕ ਹੈ, ਸਾਡੇ ਕੋਲ ਲਾਓ। ਇਹ ਸੰਦੀਪ ਕੁਮਾਰ ਨੇ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਮੰਗ ਲਿਆ ਕਿ ਸ਼੍ਰੀਮਾਨ ਜੀ, ਤੁਸੀਂ ਕੋਈ ਨਵੇਕਲੇ ਨਹੀਂ ਹੈਗੇ, ਤੁਸੀਂ ਅਸਤੀਫਾ ਦਿਓ ਤਾਂ ਕਿ ਦਿੱਲੀ ਦੀ ਸਰਕਾਰ ਕੋਈ ਹੋਰ ਬੰਦਾ ਬਣਾ ਚਲਾਵੇ। ਜੇ ਕੇਜਰੀਵਾਲ ਨੂੰ ਕਿਸੇ 'ਤੇ ਵਿਸ਼ਵਾਸ ਨਹੀਂ, ਆਪਣੀ ਧਰਮ ਪਤਨੀ ਨੂੰ ਸਹੁੰ ਚੁਕਵਾ ਸਕਦੇ ਨੇ, 6 ਮਹੀਨੇ ਵਾਸਤੇ ਤਾਂ ਹੈ, ਉਦੋਂ ਤੱਕ ਪਤਾ ਨਹੀਂ ਅਦਾਲਤ 'ਚੋਂ ਕਿਹੜਾ ਫੈਸਲਾ ਆਉਂਦਾ ਕਿਹੜਾ ਨਹੀਂ। ਜਾਂ ਜਿਹੜਾ ਆਪਦਾ ਕੋਈ ਨੇੜਲਾ ਸਾਥੀ ਹੈ ਉਹਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ। ਸੋ ਉਹਨਾਂ ਨੇ, ਸੰਦੀਪ ਕੁਮਾਰ ਹੋਰਾਂ ਨੇ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਮੰਗ ਲਿਆ। ਸੋ ਜਿਵੇਂ ਕਿ ਹੁਣ ਗਰਮੀਆਂ ਸੀਜ਼ਨ ਆਉਣ ਵਾਲਾ, ਅਤੇ ਇਸ ਗਰਮੀ ਸੀਜ਼ਨ ਦੇ ਵਿੱਚ ਜਿੱਥੇ ਬਿਜਲੀ ਦੀ ਖਪਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਲਗਾਤਾਰ ਸਾਨੂੰ ਕੱਟ ਵੀ ਬਹੁਤ ਜ਼ਿਆਦਾ ਲੱਗਣੀ ਹੈ ਜੀ। ਦੇਖੋ, ਬਿਜਲੀ ਦੀ ਮੰਗ ਅਤੇ ਬਿਜਲੀ ਦੀ ਉਪਲਬਧਤਾ ਦੇ ਵਿੱਚ ਪਹਿਲਾਂ ਤੋਂ ਬਹੁਤ ਫਰਕ ਹੈ। ਮੌਜੂਦਾ ਸਰਕਾਰ ਇਹ ਦਾਅਵਾ ਕਰਦੀ ਹੈ ਅਤੇ ਉਹਦਾ ਦਾਅਵਾ ਸੱਚਾ ਵੀ ਹੈ। ਇਹ ਜਿਹੜਾ GBK ਤਾਪ ਬਿਜਲੀ ਘਰ ਆ ਗੋਇੰਦਵਾਲ ਸਾਹਿਬ ਵਾਲਾ, ਇਹਨਾਂ ਨੇ ਖਰੀਦ ਲਿਆ, ਇੱਕ ਨਵਾਂ ਤਾਪ ਬਿਜਲੀ ਘਰ ਆਪਦਾ ਹੋ ਗਿਆ। ਇਹ GBK ਵੈਸੇ ਜਦੋਂ ਤੋਂ ਬਣਨ ਲੱਗਿਆ ਇਹਦੀ ਕਈ ਵਾਰ ਡੀਲ ਹੋਈ, ਕਈ ਵਾਰੀ ਟੁੱਟ ਗਈ, ਫਿਰ ਹੋਈ, ਫਿਰ ਟੁੱਟ ਗਈ, ਫਿਰ ਹੋਈ, ਅਤੇ ਉਹਨਾਂ 500 ਮੈਗਾਵਾਟ ਘੱਟੋ ਘੱਟ ਇਹਨਾਂ ਨੇ ਲੈ ਲਿਆ। ਅਕਾਲੀ ਭਾਜਪਾ ਸਰਕਾਰ ਬਹੁਤ ਦਾਅਵੇ ਕਰਦੀ ਹੈ ਕਿ ਅਸੀਂ 3 ਤਾਪ ਬਿਜਲੀ ਘਰ ਲਾਏ, ਤਲਵੰਡੀ ਸਾਬੋ,
ਇਸੇ ਤਰ੍ਹਾਂ ਨਲਾਸ ਰਾਜਪੁਰੇ ਕੋਲ ਅਤੇ ਦੂਜਾ ਇਹ GBK ਵਾਲਾ। ਅਤੇ ਜਿਹੜੇ ਕਹਿੰਦੇ ਸੀ ਅਸੀਂ ਬਠਿੰਡੇ ਦੀਆਂ ਚਿਮਨੀਆਂ 'ਚੋਂ ਧੂੰਆਂ ਨਹੀਂ ਬੰਦ ਹੋਣ ਦੇਣਾ, ਮਨਪ੍ਰੀਤ ਬਾਦਲ ਉਹ ਭੋਗ ਪਾ ਕੇ ਤੁਰ ਗਏ, ਉਹ ਤਾਂ ਬਿਜਲੀ ਕਰਦਾ ਜਿਹਦੇ 'ਤੇ 16 ਤੱਕ ਅਕਾਲੀ ਭਾਜਪਾ ਸਰਕਾਰ ਵੇਲੇ 750 ਕਰੋੜ ਰੁਪਇਆ ਖਰਚ ਹੋਇਆ, 2030 ਤੱਕ ਇਹਦਾ ਸਮਾਂ ਵਧਾਇਆ ਗਿਆ। ਅਤੇ ਮੌਜੂਦਾ ਸਰਕਾਰ ਨੂੰ ਚਾਹੀਦਾ ਦੋਹਾਂ 'ਚੋਂ ਇੱਕ ਦੇ ਉੱਤੇ ਇਹ ਸਾਰੇ ਦਾ ਸਾਰਾ ਇਹਦਾ ਮੁਆਵਜ਼ਾ ਪਾਇਆ ਜਾਵੇ ਕਿ ਇਹਨਾਂ ਦੀ ਗਲਤੀ ਕਰਕੇ ਉਹਨਾਂ 'ਚੋਂ ਇੱਕ ਤਾਂ ਗਲਤ ਹੈ। ਇਸ ਵਾਰ ਬਿਜਲੀ ਦੀ ਮੰਗ 16,000 ਮੈਗਾਵਾਟ ਦੇ ਨੇੜੇ ਤੇੜੇ ਜਾਣ ਵਾਲੀ ਹੈ ਅਤੇ ਸਰਕਾਰਾਂ ਨੇ ਕਰਤੀਆਂ ਮੁਕਤ ਖੋਰੀਆਂ, ਲੋਕ ਬਿੱਲ ਨਹੀਂ ਭਰਦੇ ਅਤੇ ਬਿਜਲੀ ਦੀ ਉਪਲਬਧਤਾ ਘਟਦੀ ਜਾਂਦੀ ਹੈ, ਤਾਂ ਬਿਜਲੀ ਕੱਟਾਂ ਤੋਂ ਸਿਵਾਇਆ ਹੋਰ ਕੋਈ ਦੂਜਾ ਚਾਰਾ ਹੀ ਨਹੀਂ। ਬਹੁਗਿਣਤੀ ਲੋਕ ਅੱਜ ਵੀ ਕਹਿੰਦੇ ਨੇ ਕਿ ਵਾਜਬ ਦਰਾਂ ਸਾਡੇ ਤੋਂ ਲਓ, ਅਸੀਂ ਦੇਣ ਨੂੰ ਤਿਆਰ ਹਾਂ। ਨਾ ਕਿਸਾਨ ਕਹਿੰਦੇ ਆ ਡਾਕਟਰ ਸਵਾਮੀਨਾਥਨ ਜਿਹੜਾ ਕਮਿਸ਼ਨ ਸੀ ਉਹਦੀ ਰਿਪੋਰਟ ਲਾਗੂ ਕਰ ਦਿਓ, ਸਾਤੋਂ ਬਿਜਲੀ ਦਾ ਬਿੱਲ ਲਓ। ਘਰਾਂ ਵਾਲੇ ਕਹਿੰਦੇ ਸਾਤੋਂ ਬਿਜਲੀ ਦਾ ਬਿੱਲ ਲਓ, ਵਾਜਬ। ਇਹ ਨਹੀਂ ਹੈ ਕਿ ਜਿਹਦੇ 'ਤੇ ਭਾਰ ਪੈਂਦਾ ਉਹ ਜਵਾਂ ਉਹੀ ਝੱਲੀ ਜਾਵੇ। ਸਰਕਾਰ ਦੀਆਂ ਨੀਤੀਆਂ ਕਰਕੇ ਪੰਜਾਬ ਦੇ ਵਿੱਚ ਸੋਲਰ 'ਤੇ ਵੱਧ ਧਿਆਨ ਦਿਓ, ਦਿੱਤਾ ਵੀ ਜਾ ਰਿਹਾ। ਪਣ ਬਿਜਲੀ ਪ੍ਰੋਜੈਕਟਾਂ ਦਾ ਲਿਆਂਦਾ ਜਾਵੇ। ਇੱਥੇ ਪਰਮਾਣੂ ਬਿਜਲੀ ਘਰ ਲੱਗਦਾ ਸੀ ਪਾਤਲਾਂ ਦੇ ਕੋਲ, ਉਹ ਚੰਦ ਬੰਦਿਆਂ ਦੇ ਕਾਰਨ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦੋਂ ਪਹਿਲੀ ਵਾਰ ਆਈ ਹੈ ਇਹਨਾਂ ਨੇ ਉਹ ਠੰਡੇ ਵਾਸਤੇ 'ਚ ਪਾਤਾ, ਉਹ ਜਾ ਕੇ ਲੱਗ ਰਿਹਾ ਹੁਣ ਫਤਿਹਾਬਾਦ ਦੇ ਵਿੱਚ। ਅਤੇ ਇਹ ਕੰਧ ਖਿੱਚਤੀ ਇਹਨਾਂ ਨੇ ਪਾਤਲਾਂ ਦੇ ਕੋਲ, ਉਹਦੀਆਂ ਜਿਹੜੀਆਂ ਕਿਰਨਾਂ ਦਾ ਜੇ ਕਿਤੇ ਕੋਈ ਪ੍ਰਭਾਵ ਪੈ ਗਿਆ ਉਹ ਇੱਧਰਲੇ ਪਾਸੇ ਨਹੀਂ ਆਏਗਾ, ਪਰਲੇ ਪਾਸੇ ਨਹੀਂ ਜਾਏਗਾ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਟਿਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ। ਪ੍ਰੋਗਰਾਮ ਲੈ ਕੇ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।